हाँ जी, सत श्री अकाल दोस्तों, तुहाडा स्वागत है जी साडी YouTube चैनल हरीका जॉब अलर्ट ते। दोस्तों, जेकर तुसी चैनल पहली बार विजिट कर रहे हो, चैनल नूं सबसक्राइब कर लो, बैल आइकन दबा लो हर नवी अपडेट दे लई। दोस्तों, SSSB वल्लों एक होर सोध पत्र जिहड़ा जारी किया गया सी, इह किया गया सी 2021 वाली भर्ती नूं लैके, जिहदे विच इश्तिहार नंबर 17/21, 18/21 ते 19/21 तीन इश्तिहार सीगे। कलर्क, IT कलर्क ते अकाउंट्स कलर्क दी इह भर्ती सीगी। ਤੇ ਇਹਦੇ ਸੰਬੰਧੀ ਇੱਕ ਸੋਧ ਪੱਤਰ ਪਹਿਲਾਂ ਵੀ ਜਾਰੀ ਕੀਤਾ ਗਿਆ ਸੀ 3/12/2021 ਨੂੰ, ਐਗਜ਼ਾਮ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ, ਜਿਹਦੇ ਵਿੱਚ ਪੋਸਟਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ। ਤੇ ਹੁਣ ਇਹਨਾਂ ਨੇ ਦੱਸਿਆ ਕਿ ਇਹਨਾਂ ਇਸ਼ਤਿਹਾਰਾਂ ਦੀਆਂ ਸ਼ਰਤਾਂ ਵਿੱਚ ਦਰਜ ਪ੍ਰੋਵੀਜ਼ਨ ਅਨੁਸਾਰ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਘਾਟਾ ਤੇ ਕੈਟਾਗਰੀ ਵਿੱਚ ਅੰਤਿਮ ਸੋਧ ਹੇਠ ਦਰਸਾਏ ਅਨੁਸਾਰ ਕੀਤੀ ਗਈ ਹੈ। ਤਾਂ ਹੁਣ ਥੋੜ੍ਹਾ ਹੋਰ ਵਾਧਾ ਉਹਨਾਂ ਪੋਸਟਾਂ ਦੇ ਵਿੱਚ ਹੋ ਗਿਆ। ਤੇ ਯਾਰ, ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ, ਪੋਸਟਾਂ ਤੁਹਾਡੇ ਕੋਲ ਇਸ ਵਾਰ ਬਹੁਤ ਨੇ, ਠੀਕ ਆ। 3,000 ਪੋਸਟ ਤਾਂ ਇਸ ਕਲਰਕ ਦੀ ਹੋ ਗਈ ਤੁਹਾਡੀ, ਲਗਭਗ 3,000 ਪੋਸਟ ਹੋ ਗਈ ਇਸ ਕਲਰਕ ਦੀ, ਜਿਹਦੇ ਵਿੱਚ 17/21 ਦੀ ਗੱਲ ਕਰ ਰਿਹਾ ਮੈਂ, ਇਕੱਲੀ ਇਹਨਾਂ ਦੋ ਭਰਤੀਆਂ ਦੀ ਨਹੀਂ ਗੱਲ ਹੋ ਰਹੀ, 18 ਤੇ 19 ਦੀ। ਤਾਂ 3,000 ਇਹ ਹੋ ਗਈ। 935 ਮੇਰਾ ਖਿਆਲ ਆ ਜਿਹੜਾ ਇਸ਼ਤਿਹਾਰ ਨੰਬਰ 3/2022 ਆਇਆ ਸੀਗਾ, ਕਲਰਕ ਕਮ ਡਾਟਾ ਐਂਟਰੀ ਓਪਰੇਟਰ ਦੀ, ਉਹ ਆਈ ਹੈ। ਉਸ ਤੋਂ ਬਾਅਦ ਇੱਕ ਭਰਤੀ ਤੁਹਾਨੂੰ ਹੋਰ ਆ ਗਈ ਕਲਰਕ ਦੀ, ਜਿਹਦੇ ਵਿੱਚ ਇਸ਼ਤਿਹਾਰ ਨੰਬਰ 15/2022 ਆਇਆ, ਉਹਦੇ 'ਚ ਸ਼ਾਇਦ 700 ਕੁਛ ਪੋਸਟਾਂ ਨੇ, ਹੈ ਨਾ, ਇੰਨੀਆਂ ਨੇ ਸ਼ਾਇਦ, ਵੱਧ ਵੀ ਹੁਣ ਮੇਰੇ ਧਿਆਨ 'ਚ ਨਹੀਂ ਹੁਣ। ਅਤੇ ਪੋਸਟਾਂ ਤੁਹਾਡੇ ਕੋਲ ਤਕਰੀਬਨ ਜਿਹੜੀਆਂ 5,000 ਦੇ ਨੇੜੇ ਤੇੜੇ ਹੋ ਗਈਆਂ, 4,500 ਪਲੱਸ ਪੋਸਟਾਂ ਤੁਹਾਡੇ ਕੋਲ ਹੋ ਚੁੱਕੀਆਂ ਨੇ ਇਕੱਲੇ ਕਲਰਕ ਦੀਆਂ, ਠੀਕ ਹੈ। ਤਾਂ ਹੁਣ ਜੇ ਤੁਸੀਂ ਹੁਣ ਵੀ ਨਾ ਟਾਈਪਿੰਗ ਸਿੱਖੀ, ਤਾਂ ਫਿਰ ਤੁਸੀਂ ਟਾਈਪਿੰਗ ਸਿੱਖ ਵੀ ਨਹੀਂ ਸਕਦੇ, ਠੀਕ ਹੈ। ਇਸ ਚੀਜ਼ ਨੂੰ ਮੇਰੇ ਧਿਆਨ 'ਚ ਰੱਖੋ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜਿਹੜਾ ਕੋਈ ਵੀਡੀਓ ਪੇਪਰ, ਐਕਸਰਸਾਈਜ਼ ਪੇਪਰ ਤੁਸੀਂ ਨਹੀਂ ਕਰੈਕ ਕਰ ਪਾਓਗੇ, ਤੁਸੀਂ ਮੀਡੀਓਕਰ ਕੈਂਡੀਡੇਟ ਹੋ, ਹਾਲਾਂਕਿ ਇੰਪੋਸੀਬਲ ਕੁਛ ਵੀ ਨਹੀਂ ਹੁੰਦਾ, ਬੰਦਾ ਸਭ ਕੁਛ ਕਰ ਸਕਦਾ ਜੋ ਵੀ ਆ, ਠੀਕ ਆ। ਬਟ ਜੇਕਰ ਤੁਹਾਨੂੰ ਫਿਰ ਵੀ ਆਪਣੇ ਅੰਦਰੋਂ ਕੌਨਫੀਡੈਂਸ ਨਹੀਂ ਹੈਗਾ, ਤਾਂ ਕਲਰਕ ਵਾਸਤੇ ਜਾਓ, ਤੁਸੀਂ ਕਲਰਕ ਵਾਸਤੇ ਤਿਆਰੀ ਕਰੋ, ਟਾਈਪਿੰਗ ਕਰੋ ਦੱਬ ਕੇ। ਮੇਰੇ ਖਿਆਲ ਨਾਲ ਜੇ ਤੁਸੀਂ ਵਧੀਆ ਤਰੀਕੇ ਨਾਲ ਟਾਈਪਿੰਗ ਕਰੋਗੇ, ਰੋਜ਼ 2-3 ਘੰਟੇ ਵਧੀਆ ਮਿਹਨਤ ਨਾਲ ਲਾਓਗੇ, ਤਾਂ ਤੁਸੀਂ 2 ਤੋਂ 2.5 ਮਹੀਨੇ ਦੇ ਵਿੱਚ ਟਾਈਪਿੰਗ ਸਿੱਖ ਜਾਓਗੇ। ਸਿੱਖ ਜਾਓਗੇ ਤੋਂ ਭਾਵ ਹੈ ਕਿ ਤੁਹਾਡੀ ਪੰਜਾਬੀ ਦੀ ਸਪੀਡ 25+ ਆਉਣ ਲੱਗ ਜਾਣੀ ਆ, ਤੇ ਮਹੀਨਾ ਹੋਰ ਪ੍ਰੈਕਟਿਸ ਕਰੋਗੇ ਤੁਹਾਡੀ ਪੰਜਾਬੀ ਦੀ ਸਪੀਡ ਆ ਜਿਹੜੀ 35-40 ਤੇ ਵੀ ਚਲੀ ਜਾਣੀ ਆ, ਠੀਕ ਆ। ਉਹ ਤੁਹਾਡੇ ਤੇ ਡਿਪੈਂਡ ਕਰਦਾ, ਜਿੰਨੀ ਪ੍ਰੈਕਟਿਸ ਹੋਊਗੀ ਉਨੀ ਸਪੀਡ ਵੱਧ ਹੋਊਗੀ। ਤੇ ਇਹ ਤਾਂ ਸੀਗੀ ਸੁਜੈਸ਼ਨ ਤੁਹਾਨੂੰ ਜਿਹੜੇ ਵੀ ਕੈਂਡੀਡੇਟ ਤਿਆਰੀ ਕਰ ਰਹੇ ਆ, ਕਿਉਂਕਿ ਜਿਹੜੀਆਂ ਇਹ ਪੋਸਟਾਂ ਨੇ ਵਿੱਚ 3,000 ਕੈਂਡੀਡੇਟ ਸੈਟਲ ਹੋ ਜਾਣਗੇ, ਠੀਕ ਆ। ਤਾਂ ਜਿਹੜੀਆਂ ਅੱਗੇ ਦੀਆਂ ਪੋਸਟਾਂ ਨੇ ਉਹਨਾਂ ਵਾਸਤੇ ਕੰਪੀਟੀਸ਼ਨ ਬਿਲਕੁਲ ਘੱਟ ਜਾਣਾ, ਠੀਕ ਆ। ਤਾਂ ਕਰਕੇ ਇਹ ਆ ਕਿ ਉਸ ਪੋਸਟ ਵਾਸਤੇ ਜਾਓ ਜੇਕਰ ਤੁਹਾਨੂੰ ਕੌਨਫੀਡੈਂਸ, ਤੁਹਾਡਾ ਕੌਨਫੀਡੈਂਸ ਲੈਵਲ ਥੋੜ੍ਹਾ ਲੋਅ ਹੈ, ਹਾਲਾਂਕਿ ਤਿਆਰੀ ਵਧੀਆ ਕਰੋ ਸਾਰੀਆਂ ਪੋਸਟਾਂ ਲਈ। ਅਤੇ ਆਓ ਹੁਣ ਇਹ ਪੋਸਟਾਂ ਦੀ ਗੱਲ ਕਰਦੇ ਹਾਂ। ਇਸ਼ਤਿਹਾਰ ਨੰਬਰ 17/2021 ਹੈ ਜੀ, ਅਤੇ ਇਹਦੇ ਵਿੱਚ ਕਾਫੀ ਸਾਰੇ ਡਿਪਾਰਟਮੈਂਟ ਨੇ, ਇਹਦੇ 'ਚ ਆਪਾਂ ਦੇਖ ਵੀ ਲੈਂਦੇ ਹਾਂ ਕਿੰਨੇ ਡਿਪਾਰਟਮੈਂਟ ਟੋਟਲ ਆ। ਤਾਂ ਇਹਦੇ 'ਚ ਜਿਹੜੇ ਡਿਪਾਰਟਮੈਂਟ ਆ ਦੋਸਤੋ, ਇਹਦੇ 'ਚ ਟੋਟਲ 65 ਡਿਪਾਰਟਮੈਂਟ ਆ। 65 ਡਿਪਾਰਟਮੈਂਟਾਂ ਦੇ ਵਿੱਚ ਬੰਦੇ ਰੱਖੇ ਜਾਣੇ ਆ, ਠੀਕ ਹੈ। ਡਿਪਾਰਟਮੈਂਟ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਵੀ, ਕਿਉਂਕਿ ਵਿੱਚ ਜਿਵੇਂ ਇਹ ਵੀ ਆ ਵੀ ਜਿਹੜੇ DC ਆਫਿਸ ਨੇ ਉਹਨਾਂ ਦੀ ਵੀ ਭਰਤੀ ਆ, ਜਿੰਨੇ ਵੀ 22-23 ਆਪਣੇ DC ਆਫਿਸ ਨੇ ਪੰਜਾਬ ਦੇ, ਤਾਂ ਉਹਨਾਂ ਦੀਆਂ ਵੀ ਭਰਤੀਆਂ ਦੇ ਵਿੱਚ ਹੀ ਨੇ, ਠੀਕ ਹੈ। ਜਿਵੇਂ ਤੁਸੀਂ ਦੇਖੋ DC ਆਫਿਸ ਲੁਧਿਆਣਾ ਦੀ ਆ, 76 ਪੋਸਟਾਂ ਆ ਜੀ। ਉਸ ਤੋਂ ਬਾਅਦ ਸਮਾਜਿਕ ਨਿਆਂ ਅਧਿਕਾਰਤਾ ਘੱਟ ਗਿਣਤੀ ਵਿਭਾਗ ਦੀਆਂ 28 ਆ, ਠੀਕ ਆ। ਆਮ ਰਾਜ ਪ੍ਰਬੰਧ ਵਿਭਾਗ ਦੀਆਂ 100 ਪੋਸਟਾਂ। ਹੁਣ ਤੁਸੀਂ ਇਹ ਨਾ ਸਮਝੋ ਕਿ ਆਮ ਰਾਜ ਪ੍ਰਬੰਧ ਵਿਭਾਗ ਦੀਆਂ, ਜਿਹਦੀ ਮੈਂ ਲੀਗਲ ਕਲਰਕ 'ਚ ਜਿਹੜੀ ਜ਼ਿਕਰ ਕਰਕੇ ਹਟਿਆ, ਉਹ ਇੱਥੇ ਆ ਗਈਆਂ, ਉਹ ਪੋਸਟਾਂ ਨਹੀਂ ਹੈਗੀਆਂ। ਇਹ ਸਿੰਪਲ ਕਲਰਕ ਦੀਆਂ ਨੇ, ਉਹ ਲੀਗਲ ਕਲਰਕ ਦੀਆਂ ਸੀ, ਠੀਕ ਆ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਅਤੇ ਇਹ ਜਿਹੜੀਆਂ ਟੋਟਲ ਗਿਣਤੀ ਇਹਦੀ ਹੋ ਗਈ ਆ 3,008, ਠੀਕ ਆ। ਤਾਂ ਮੇਰੇ ਹਿਸਾਬ ਨਾਲ ਬਹੁਤ ਨੇ ਇਹ ਪੋਸਟਾਂ ਇੰਨੀਆਂ, ਠੀਕ ਆ। ਬਹੁਤ ਇੱਕ ਤੁਸੀਂ ਬਲਕ ਦੇ ਵਿੱਚ ਇਹ ਪੋਸਟਾਂ ਕਹਿ ਸਕਦੇ ਹੋ। ਅਤੇ ਆਪਣੀ ਤਿਆਰੀ ਮਾਰੋ ਜ਼ੋਰ ਨਾਲ, ਅਤੇ ਵਧੀਆ ਵਧੀਆ ਕੈਂਡੀਡੇਟ ਸਿਲੈਕਟ ਹੋ, ਤਿਆਰੀ ਕਰਕੇ ਆਪਣੀ ਨੌਕਰੀ ਲਓ। ਅਤੇ ਇਹਦੇ ਵਿੱਚ ਹੀ ਹੁਣ ਅੱਗੇ ਆਪਾਂ ਗੱਲ ਕਰਾਂਗੇ ਇਸ਼ਤਿਹਾਰ ਨੰਬਰ 18/21 ਕਲਰਕ ਲੇਖਾ ਅਕਾਊਂਟਸ ਕਲਰਕ ਦੀ। ਤਾਂ ਇਹਦਾ ਵੀ ਆਪਾਂ ਟੋਟਲ ਦੇਖ ਲੈਂਦੇ ਹਾਂ। ਇਹਦਾ ਇਹਨਾਂ ਨੇ ਟੋਟਲ ਦਿੱਤਾ ਦੋਸਤੋ 231, ਠੀਕ ਹੈ। ਇਹਦਾ ਇਸ਼ਤਿਹਾਰ ਦੇਖਣਾ ਪੈਣਾ ਪੁਰਾਣਾ ਕਿ ਉਹਦੇ 'ਚ ਕਿੰਨੀਆਂ ਪੋਸਟਾਂ ਸੀਗੀਆਂ। ਅਤੇ ਜਿਹੜਾ 19/21 ਆ ਜੀ, IT ਕਲਰਕ, ਇਹਦਾ ਜਿਹੜਾ ਟੋਟਲ ਹੋ ਗਿਆ ਜੀ, ਉਹ ਹੋ ਗਿਆ 216, ਠੀਕ ਹੈ ਜੀ। ਤਾਂ ਇਹ 8/7/2022 ਦਾ ਜਿਹੜਾ ਨੋਟੀਫਿਕੇਸ਼ਨ ਆ। ਤਾਂ ਵਧੀਆ ਪੋਸਟਾਂ ਨੇ, ਤਿਆਰੀ ਕਰ ਲਓ ਅਤੇ ਨੌਕਰੀ ਲਓ। ਅਤੇ ਬਾਕੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਨੋਟਿਸ ਆ ਜਿਹੜਾ ਤੁਹਾਨੂੰ ਇਹ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗਾ, ਟੈਲੀਗ੍ਰਾਮ ਚੈਨਲ ਜੇਕਰ ਜੁਆਇਨ ਨਹੀਂ ਕੀਤਾ, ਲਿੰਕ ਡਿਸਕ੍ਰਿਪਸ਼ਨ 'ਚ ਆ। YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।